ਹਣ ਸਾਲ ਸਵਾ ਸਾਲ ਸਰਕਾਰ ਨੇ ਪੈਰ ਜਮਾ ਲਏ ਹਣ ਸਵਾ ਸਾਲ ਸਵਾ ਸਾਲ ਸਰਕਾਰ ਨੇ ਕੰਮ ਕੀਤੇ ਫੈਸਲੇ ਕੀਤੇ ਗਰੰਟੀਆਂ ਲਾਗੂ ਕੀਤੀਆਂ ਜਿਹੜੇ ਵਿਰੋਧੀ ਜਿਹੜੇ ਉਹ ਇੰਡੀਵਿਜੂਅਲ ਬੰਦਿਆਂ ਦੀ ਕਿਰਦਾਰ ਕਸ਼ੀਦ ਕਰ ਰਹੇ ਨੇ ਜਾਂ ਇਸ ਤਰ੍ਹਾਂ ਦੀ ਹੋਰ ਵੀ ਭਾਵੇਂ ਉਹਨਾਂ ਨੇ ਭੰਨ ਤੋੜ ਕੀਤੀ ਕੈਂਡੀਡੇਟ ਵੀ ਕਾਂਗਰਸ ਦਾ ਕਾਂਗਰਸ ਦੇ ਘੜੇ ਚ ਸਨ ਲਾਇਆ ਹਰ ਤਰ੍ਹਾਂ ਵੀ ਉਹਨਾਂ ਨੇ ਕਹਿ ਕਿ 200000 ਨੌਕਰੀਆਂ ਦੇ ਚੁੱਕੇ ਨੇ ਅਸਰ ਤਾਂ ਹੁੰਦਾ ਹੀ ਹੈ ਵੀ ਜੀਪੀ ਨੇ ਪਹਿਲੀ ਵਾਰੀ ਆਜ਼ਾਦਾਨਾ ਤੌਰ ਤੇ ਚੋਣ ਲੜੀ ਕਲੇ ਆਪਣੇ ਇੱਕ ਅੱਛਾ ਵੋਟ ਮੈਗ ਲਿਆ ਹੁਣ ਇਸ ਇਲੈਕਸ਼ਨ ਤੋਂ ਬਾਅਦ ਤੁਹਾਨੂੰ ਕੀ ਲੱਗਦਾ ਕਿਉਂਕਿ ਪਹਿਲਾਂ ਤੋਂ ਹੀ ਗੱਲਾਂ ਚੱਲ ਰਹੀਆਂ ਸੀਗਾ ਗੱਠ ਜੋੜ ਦੇ ਸੰਕੇਤ ਦੇ ਰਹੇ ਨੇ ਬਿਲਕੁਲ ਹੋ ਡਿਬੇਟ ਹੋਏਗੀ ਸੱਚੇ ਹਾਲਾਂਕਿ ਬੀਜੇਪੀ ਵਾਸਤੇ ਕਾਫੀ ਸੈਟੀਸਫੈਕਸ਼ਨ ਹੋਏਗੀ ਬੀਜੇਪੀ ਕਾਲੀ ਦਲ ਖਾਲੀ ਦਲ ਦੀ ਸ਼ਕਤਾ ਦੇ ਨਹੀਂ ਹੋਏਗਾ ਜੇ ਹੋਇਆ ਤਾਂ ਉਹ ਬੀਜੇਪੀ ਜਿਹੜੀ ਆਪਣੀ ਅਸਰਤਾ ਮਨਾਏਗੀ ਉਹ ਆਮ ਆਦਮੀ ਪਾਰਟੀ ਜਿਹੜੀ ਹੈ ਉਹਨੂੰ ਹੌਸਲਾ ਹੋ ਜਾਏਗਾ ਵੀ ਅਸੀਂ 2024 ਵਿੱਚ ਜਿੱਤ ਸਕਦੇ ਉਹਨਾਂ ਨੇ ਕਲੇਮ ਕੀਤਾ ਕਿ ਤੇਰੇ ਨੇ 13 ਸੀਟਾਂ ਜਿੱਤਾਂਗੇ ਕੁਲਦੀਪ ਘਾੜੇਵਾਲ ਕਹਿ ਰਹੇ ਨੇ ਅਸੀਂ 13 ਦੇ 13 ਜਿੱਤਾਂਗੇ ਬਾਬੂ ਸ਼ਹੀਦ ਦੇਖ ਰਹੇ ਹਾਂ ਤੁਸੀਂ ਅੱਜ ਜਲੰਧਰ ਜਿਮਨੀ ਚੋਣਾਂ ਦੇ ਨਤੀਜੇ ਐਲਾਨੇ ਗਏ ਜਿਸ ਚ ਰੂਲਿੰਗ ਪਾਰਟੀ ਹੈ ਜਿਹੜੀ ਆਮ ਆਦਮੀ ਪਾਰਟੀ ਉਸ ਨੂੰ ਜਿੱਤ ਜਿਹੜੀ ਉਹ ਆਮ ਆਦਮੀ ਪਾਰਟੀ ਨੇ ਅੱਜ ਹਾਸਲ ਕੀਤੀ ਹੈ ਤੇ ਕਾਂਗਰਸ ਪਾਰਟੀ ਦਾ ਇਸ ਤੋਂ ਪਹਿਲਾਂ ਉੱਥੇ ਸੀਟ ਤੇ ਕਬਜ਼ਾ ਸੀ ਐਮ ਪੀ ਸੀ ਸੰਤੋਖ ਚੌਧਰੀ ਉਹਨਾਂ ਦੀ ਡੈਥ ਤੋਂ ਬਾਅਦ ਚੋਣਾਂ ਹੋਈਆਂ ਤੇ ਕਾਂਗਰਸ ਜਿੱਤਣ 'ਚ ਕਾਮਯਾਬ ਨਹੀਂ ਹੋਈ ਆਮ ਆਦਮੀ ਪਾਰਟੀ ਦੀ ਜਿੱਤ ਦੇ ਵਿੱਚ ਕਿਹੜੇ-ਕਿਹੜੇ ਫੈਕਟਰਸ ਜਿਹੜੇ ਸੀਗੇ ਉਹ ਦੇਖੇ ਗਏ ਕਿਉਂ ਜਿੱਤੇ ਉਹ ਤੇ ਕਾਂਗਰਸ ਦੀ ਹਾਰ ਦੇ ਕੀ ਕਾਰਨ ਰਹੇ ਤੇ ਇਸ ਚੋਣਾਂ ਤੋਂ ਬਾਅਦ ਹੁਣ ਪੰਜਾਬ ਦੀ ਸਿਆਸਤ ਤੇ ਕਿਸ ਤਰ੍ਹਾਂ ਦਾ ਪ੍ਰਭਾਵ ਪਏਗਾ ਇਸ ਬਾਰੇ ਗੱਲਬਾਤ ਕਰਾਂਗੇ ਮੇਰੇ ਨਾਲ ਬਾਬੂ ਸ਼ਾਹੀ ਨੈਟਵਰਕ ਦੇ ਐਡੀਟਰ ਬਲਜੀਤ ਬੱਲੀ ਮੌਜੂਦ ਨੇ ਤਿਰਛੀ ਨਜ਼ਰ ਪਾਉਣਗੇ ਇਸ ਨਤੀਜਿਆਂ ਤੇ ਤੇ ਇਸ ਨਤੀਜਿਆਂ ਦੇ ਨਾਲ ਹੁਣ ਅੱਗੇ ਕਿਸ ਤਰ੍ਹਾਂ ਦੀਆਂ ਜਿਹੜੀਆਂ ਸਰਗਰਮੀਆਂ ਹੋ ਸਕਦੀਆਂ ਨੇ ਤੇ ਕੀ ਕੀ ਚੇਂਜਸ ਆ ਜਿਹੜੇ ਪੰਜਾਬ ਦੀ ਸਿਆਸਤ ਵਿੱਚ ਆ ਸਕਦੇ ਨੇ ਬੱਲੀ ਸਾਹਿਬ ਕਿਵੇਂ ਦੇਖਦੇ ਹੋ ਅੱਜ ਸੈਕੰਡ ਲਿਟਮਸ ਟੈਸਟ ਇਹ ਦੇਖਿਆ ਜਾ ਰਿਹਾ ਸੀ ਆਮ ਆਦਮੀ ਪਾਰਟੀ ਦਾ ਸੰਗਰੂਰ ਇਸ ਤੋਂ ਪਹਿਲਾਂ ਕਾਮਯਾਬ ਨਹੀਂ ਹੋਏ ਸੀ ਪਰ ਅੱਜ ਆਮ ਆਦਮੀ ਪਾਰਟੀ ਜਿੱਤੀ ਹੈ ਤੇ ਕੀ ਕਾਰਨ ਤੁਸੀਂ ਮੰਨਦੇ ਹੋ ਮੇਨਲੀ ਜਿਹਦਾ ਕਰਕੇ ਆਮ ਆਦਮੀ ਪਾਰਟੀ ਦੀ ਜਿੱਤ ਹੋਈ ਹੈ ਤੇ ਕਾਂਗਰਸ ਜਿਹਦਾ ਲੱਗ ਰਿਆ ਸੀ ਵੀ ਬੜਾ ਕੋਈ ਵੀ ਬੜੇ ਸਟਰੋਂਗ ਸੀ ਇਹਦੇ ਵਿੱਚ ਮદાન ਚ ਉtre ਸੀ ਬਟ ਉਹ ਜਿੱਤ ਨਹੀਂ ਪਾਈ ਪਹਿਲਾਂ ਤਾਂ ਆਮ ਆਦਮੀ ਪਾਰਟੀ ਨੂੰ ਤੇ ਖਾਸ ਕਰਕੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਵਧਾਈ ਸਾਡੇ ਵੱਲੋਂ ਮੁबारकਾ ਕਿ ਉਹਨਾਂ ਨੇ ਇਹ ਚੋਣ ਜਿੱਤੀ ਹੈ ਕਿਉਂਕਿ ਸਭ ਤੋਂ ਵੱਡੀ ਜ਼ਿੰਮੇਵਾਰੀ ਜਿਹੜੀ ਆ ਉਹ ਚੀਫ ਮਿਨਿਸਟਰ ਦੀ ਹੀ ਆਉਂਦੀ ਹੈ ਜਿੱਤ ਵੀ ਜਾਂ ਹਾਰ ਵੀ ਸੀਐਮ ਤੇ ਉਹਦਾ ਰਿਫਲੈਕਸ਼ਨ ਹੁੰਦਾ ਹੈ ਭਗਵੰਤ ਮਾਨ ਨੇ ਜ਼ੋਰ ਵੀ ਬਹੁਤ ਲਾਇਆ ਪਤਾ ਨਹੀਂ ਤੇ ਭਗਵੰਤ ਮਾਨ ਨੂੰ ਤੇ ਉਹਦੀ ਪਾਰਟੀ ਨੂੰ ਉਹਨਾਂ ਦੀ ਲੀਡਰਸ਼ਿਪ ਨੂੰ ਸਾਡੇ ਵੱਲੋਂ ਵਧਾਈ ਇੱਕ ਨਾ ਪਿਛਲੇ ਦਿਨਾਂ ਚ ਇੱਕ ਸਾਡਾ ਇੱਕ ਦੋਸਤ ਮੀਡੀਆ ਚ ਉਹ ਕਹਿ ਰਿਹਾ ਸੀ ਜਦੋਂ ਕਿਸੇ ਨੇ ਪੁੱਛਿਆ ਵੀ ਕੌਣ ਜਿੱਤੇਗਾ ਜਲੰਧਰ ਤੋਂ ਤੇ ਉਹਨੇ ਕਿਹਾ ਵੀ ਸਰਕਾਰ ਜਿੱਤੇਗੀ ਸਰਕਾਰ ਥੋੜਾ ਬਾਈ ਇਲੈਕਸ਼ਨ ਹਾਰਦੀ ਐ ਤੇ ਉਹੜੇ ਅਗਲੇ ਨੇ ਕਹਿਤਾ ਵੀ ਸੰਗਰੂਰ ਚ ਵੀ ਕਿਵੇਂ ਹਾਰ ਗਈ ਸੀ ਉਹਦੇ ਵੀ ਸਰਕਾਰ ਹੀ ਸੀ ਤੇ ਉਹ ਸਾਡੇ ਜਿਹੜੇ ਦੋਸਤ ਜਿਹੜਾ ਮੀਡੀਆ ਚ ਆ ਉਹਨਾਂ ਨੇ ਜਵਾਬ ਪਤਾ ਕੀ ਦਿੱਤਾ ਜੀ ਕਹਿੰਦਾ ਉਹਦੋਂ ਸਰਕਾਰ ਨੂੰ ਪਤਾ ਹੀ ਨਹੀਂ ਸੀ ਵੈਸੀ ਸਰਕਾਰ ਉਹ ਹਜੇ ਅਜੇ ਸਰਕਾਰ ਬਣੀ ਸੀ ਉਹਨਾਂ ਨੂੰ ਓਵਰ ਕੰਫੀਡੈਂਸ ਸੀਗਾ ਤੇ ਸਰਕਾਰ ਕਿਵੇਂ ਚੋਣ ਲੜਦੀ ਹੁੰਦੀ ਐ ਇਹ ਕਹਿੰਦਾ ਉਹਨਾਂ ਨੂੰ ਪਤਾ ਹੀ ਨਹੀਂ ਸੀ ਸਰਕਾਰ ਹੁਣ ਸਾਲ ਸਵਾ ਸਾਲ ਸਰਕਾਰ ਨੇ ਪੈਰ ਜਮਾ ਲਏ ਹੁਣ ਸਵਾ ਸਾਲ ਸਵਾ ਚਾਲ ਸਰਕਾਰ ਨੇ ਕੰਮ ਕੀਤੇ ਫੈਸਲੇ ਕੀਤੇ ਗਰੰਟੀਆਂ ਲਾਗੂ ਕੀਤੀਆਂ ਇੱਕ ਰਿਪੋਰਟ ਕਾਰਡ ਸੀ ਸੋ ਰਿਪੋਰਟ ਕਾਰਡ ਸੀ ਉਹਨਾਂ ਕੋਲੇ ਕਹਿਣ ਨੂੰ ਸੀ ਵੀ ਅਸੀਂ ਕਿਉਂ ਸਾਡ ਨੂੰ ਤੁਸੀਂ ਜਿਤਾਓ ਤੇ ਕਿਉਂ ਮੌਕਾ ਦਿਓ ਪਹਿਲੀ ਜਿਹੜੀ ਜਿਹੜਾ ਉਸ ਵੇਲੇ ਇਹ ਗੱਲ ਨਹੀਂ ਸੀ ਅਜੇ ਸੋ ਇਸ ਕਰਕੇ ਉਹਨਾਂ ਕੋਲ ਜਿਹੜਾ ਇਹ ਸਰਕਾਰ ਨੇ ਪਾਰਟੀ ਤਾਂ ਹੈਗੀ ਹੈਗੀ ਸਿਰ ਪਾਰਟੀ ਦੇ ਪਿੱਛੇ ਸਰਕਾਰ ਦਾ ਵਜ਼ਨ ਸੀ ਜਿਹੜੀ ਚੋਣ ਲੜੀ ਇੱਕ ਤਾਂ ਇਹ ਫੈਕਟਰ ਹੈਗਾ ਦੂਸਰਾ ਇਹ ਹੈਗਾ ਕਿ ਉੱਥੇ ਜਿਹੜੇ ਕੰਬੀਨੇਸ਼ਨ ਬਣੇ ਸੋ ਦੇਖੋ ਸਰਕਾਰ ਨੇ ਭਗਵੰਤ ਮਾਨ ਨੇ ਕਿਹਾ ਸੀ ਅਸੀਂ ਤਾਂ ਲੋਕ ਜਿਤਾਉਣੇ ਆ ਤੇ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਜਿਹੜੀ ਵੋਟ ਮੰਗ ਰਹੇ ਆ ਵੀ ਉਹ ਅਸੀਂ ਰੋਜ਼ਗਾਰ ਦਿੱਤਾ ਅਸੀਂ ਮਾਫੀਆ ਖਤਮ ਕੀਤਾ ਰੇਦਾ ਅਸੀਂ ਐ এডਿਕੇਸ਼ਨ ਨੂੰ ਇੰਪਰੂਵ ਕਰਨ ਵਾਸਤੇ ਉਹ ਕੀਤਾ ਅਸੀਂ ਹੈਲਥ ਕੇਅਰਿੰਗ ਬਣਾਏ ਹੈਲਥ ਤੇ ਜ਼ੋਰ ਲਾਇਆ ਵੀ ਅਸੀਂ ਮੁੱਦਿਆਂ ਤੇ ਵੋਟ ਮੰਗ ਰਹੇ ਆ ਤੇ ਵਿਰੋਧੀ ਜਿਹੜੇ ਉਹ ਇੰਡੀਵਿਜੂਅਲ ਬੰਦਿਆਂ ਦੀ ਕਰਦਾਰਕੋਸ਼ਿਸ਼ ਕਰ ਰਹੇ ਨੇ ਜਾਂ ਇਸ ਤਰ੍ਹਾਂ ਦੀ ਉਹ ਹਾਲਾਂਕਿ ਵਿਰੋਧੀ ਵੀ ਕਹਿ ਰਹੇ ਸੀ ਤੁਸੀਂ ਗਰੰਟੀਆਂ ਪੂਰੀ ਨਹੀਂ ਕੀਤੀ ਪਰ ਇਹ ਕਹਿੰਦੇ ਸੀ ਉਹਦੇ ਚ ਬਹੁਤ ਵੱਡਾ ਮੁੱਦਾ ਜਿਹੜਾ ਸੀ ਬਿਜਲੀ ਮਾਫ ਜਿਹੜੀ 600 ਯੂਨਟ ਮਾਫ ਕੀਤੀ ਫਿਰ 600 ਯੂਨਟ ਮਾਫ ਨਹੀਂ ਕੀਤੀ ਉਹਨਾਂ ਨੇ 20000 ਕਰੋੜ ਰੁਪਏ ਉਹ ਵੀ ਜਿਹੜਾ ਸਬਸਿਡੀ ਦਾ ਬਕਾਇਆ ਸੀ ਉਹ ਵੀ ਦਿੱਤਾ ਪਾਵਰ ਕਾਰਪੋਰੇਸ਼ਨ ਦਾ ਜੋ ਕਾਰਪੋਰੇਸ਼ਨ ਨੂੰ ਵੀ ਹਸਾਰਾ ਮਿਲ ਗਿਆ ਸੋ ਇਹ ਜਿਹੜੇ ਮੁੱਦੇ ਲੈ ਕੇ ਉਹ ਗਏ ਚੋਣਾਂ ਦੇ ਵਿੱਚ ਤੇ ਇਹ ਤਾਂ ਮੁੱਦਿਆਂ ਦੇ ਪੱਖੋਂ ਤਾਂ ਇਹ ਕਿਹਾ ਜਾ ਸਕਦਾ ਹੈ ਭਾਵੇਂ ਉਹਨਾਂ ਨੇ ਭੰਨ ਤੋੜ ਕੀਤੀ ਕੈਂਡੀਡੇਟ ਵੀ ਕਾਂਗਰਸ ਦਾ ਕਾਂਗਰਸ ਦੇ ਗੜ ਚ ਸਨ ਲਾਇਆ ਹਰ ਤਰ੍ਹਾਂ ਬੰਦੇ ਵੀ ਤੋੜੇ ਕਾਉਂਸਲਰ ਵੀ ਤੋੜੇ ਤੇ ਵਿਨਓਵਰ ਕੀਤੇ ਤੋੜੇ ਜਿਸ ਤਰ੍ਹਾਂ ਭੰਨ ਤੋੜ ਕੀਤੇ ਉਹਨਾਂ ਨੇ ਸਨ ਲਾਇਆ ਕਾਂਗਰਸ ਕਾਂਗਰਸ ਚੋਂ ਹੀ ਕੈਂਡੀਡੇਟ ਲਿਆਂਦਾ ਉਹਨਾਂ ਨੂੰ ਪਤਾ ਸੀ ਵੀ ਕਾਂਗਰਸ ਦਾ ਗੜ ਹੈ ਤੇ ਅਸੀਂ ਜੇ ਕਾਂਗਰਸ ਦੇ ਵੋਟਰ ਬੈਂਕ ਨੂੰ ਸਨ ਲਾਵਾਂਗੇ ਤਾਂ ਹੀ ਜਿੱਤ ਸਕਦੇ ਹਾਂ ਸੋ ਉਹਨਾਂ ਦੀ ਸਟ੍ਰੈਟਜੀ ਜਿਹੜੀ ਜੋ ਬਣਾਈ ਉਹਨਾਂ ਨੇ ਉਹ ਉਹਦੇ ਚ ਉਹ ਕਾਮਯਾਬ ਹੋਏ ਤੇ ਕੀ ਆਹੀ ਜਾਏਗਾ ਮੰਨਿਆ ਹੀ ਜਾਏਗਾ ਕਿ ਜਿਹੜੀ ਕਾਰਗੁਜ਼ਾਰੀ ਹੈ ਆਮ ਆਦਮੀ ਸਰਕਾਰ ਦੀ ਉਹਦੇ ਤੇ ਮੋਹਰ ਲੱਗੀ ਹੈ ਭਗਵੰਤ ਮਾਨ ਦੀ ਸਰਕਾਰ ਦੀ ਭਗਵੰਤ ਮਾਨ ਸਰਕਾਰ ਨੇ ਜੋ ਫੈਸਲੇ ਕੀਤੇ ਜੋ ਲਾਗੂ ਇਤੇ ਜਿਵੇਂ ਰੋਜ਼ਗਾਰ ਵਾਲਾ ਸੀਗਾ ਦੇਖੋ ਕਈ ਗੱਲਾਂ ਮਤਲਬ ਇਹ ਹੁੰਦੀ ਹੈ ਵੀ ਹਰ ਮਹੀਨੇ ਮਤਲਬ ਹਰ ਤੀਜੇ ਦਿਨ ਉਹ ਕੋਈ ਨਾ ਕੋਈ ਅਪੁਆਇੰਟਮੈਂਟ ਲੈਟਰ ਦਿੰਦੇ ਆ ਸਾਲ ਪਰ ਹੋ ਗਿਆ ਜਦੋਂ ਦੀ ਸਰਕਾਰ ਬਣੀ ਹੈ ਤੇ ਉਹ ਜਿਵੇਂ ਉਹਨਾਂ ਨੇ ਕਿਹਾ 29 ਹਜ਼ਾਰ ਅਸੀਂ ਨੌਕਰੀਆਂ ਦੇ ਚੁੱਕੇ ਆ ਨਾ ਅਸਰ ਤਾਂ ਹੁੰਦਾ ਹੀ ਔਰ ਉਹ ਵੀ ਉਹਦੇ 'ਚ ਵੀ ਇੱਕ ਦੋ ਨੂੰ ਛੱਡ ਕੇ ਬਾਕੀਆਂ 'ਚ ਇਹ ਕਿਸੇ ਦੇ ਰੌਲਾ ਨਹੀਂ ਪਿਆ ਇਹ ਹੋ ਗਿਆ ਵੀ ਮੈਰਿਟ ਤੇ ਹੋਈਆਂ ਉਹ ਇਹ ਵੀ ਹੈਗਾ ਉਹਦੇ 'ਚ ਲਿਟੀਗੇਸ਼ਨ ਵੀ ਨਹੀਂ ਬਹੁਤੀ ਹੋਈ ਸੋ ਇਹਦਾ ਅਸਰ ਤਾਂ ਪੈਣਾ ਹੀ ਪੈਣਾ ਸੀ ਨਾ ਇਹਦੇ ਤੇ ਇਕ ਤਾਂ ਇਹ ਹੈਗੇ ਫੈਕਟਰ ਕਿ ਉਹਨਾਂ ਦੀ ਕਾਰਗੁਜ਼ਾਰੀ ਤੇ ਮੋਰ ਇਹ ਹੀ ਮੰਨਿਆ ਜਾਏਗਾ ਕਿ ਭਗਵਾਨੋ ਹਾਲਾਂਕਿ ਜੋੜ ਤੋੜ ਸਰਕਾਰ ਨੇ ਆਪਣੀ ਜੋਦ ਵਿਰੋਧੀਆਂ ਨੇ ਦੋਸ਼ ਲਾਇਆ ਵੀ ਉਹ ਤਾਂ ਜੀ ਤਕਾ ਕੀਤਾ ਹੋਰ ਕੀਤਾ ਹਾਂ ਉਹ ਉਹ ਵਿਰੋਧੀਆਂ ਦੀ ਲਾਉਣੇ ਹੀ ਸੀ ਦੋਸ਼ ਉਹਨਾਂ ਨੇ ਤੇ ਸਰਕਾਰ ਆਪਣਾ ਅਸਰ ਸੁਗ ਵਰਤਦੀ ਵਰਤਦੀ ਹੈ ਇਹ ਨਹੀਂ ਕਿ ਅਸਾਂ ਆਖਰੀ ਪੋਲਿੰਗ ਵਾਲੇ ਦਿਨ ਵੀ ਕਾਫੀ ਕਾਫੀ ਕੁਝ ਹੋਇਆ ਮਲੋ ਵੀ ਸਾਹਮਣੇ ਹੈ ਸਾਡੇ ਸਾਹਮਣੇ ਸ਼ਿਕਾਇਤਾਂ ਵੀ ਹੋਈਆਂ ਤੇ ਪਰ ਬਾਈ ਇਲਾਰਜ ਫਿਰ ਵੀ ਪੀਸਫੁਲ ਹੋਈ ਇਲੈਕਸ਼ਨ ਹੋਈ ਸੀ ਬਾਈ ਇਲਾਰਜ ਪੀਸਫੁਲ ਇਲੈਕਸ਼ਨ ਹੋਈ ਸੀ ਛੋਟੇ ਮੋਟੇ ਘਟਨਾਵਾਂ ਹੋਈਆਂ ਸੀਗਾ ਤੇ ਉਹ ਉਹਦਾ ਜੋ ਉਹਨਾਂ ਨੇ ਸ਼ਿਕਾਇਤਾਂ ਕੀਤੀਆਂ ਉਹਦਾ ਨੋਟਿਸ ਵੀ ਲਿਆਇਆ ਜਾ ਰਿਹਾ ਕਮਿਸ਼ਨ ਲਏਗਾ ਤਾਂ ਸੀ ਸੀ ਇੱਕ ਗੱਲ ਇਹ ਕਿ ਜਿਹੜਾ ਕੰਬੀਨੇਸ਼ਨ ਬਣੇ ਜਿਹੜੀ ਕਿਉਂ ਜਿੱਤ ਜਿਹੜੀ ਆਮ ਆਦਮੀ ਪਾਰਟੀ ਦੀ ਸੁਖਾਲੀ ਹੋਈ ਜਾਂ ਮਾਰਜਨ ਕਿਉਂ ਵਧਿਆ ਉਹ ਖੁਦ ਵੀ ਜਿਹੜਾ ਮਾਰਜਨ ਆਇਆ ਉਹ 30000 ਦਾ ਅੰਦਾਜ਼ਾ ਲਾ ਰਹੇ ਸੀਗੇ ਆਪ ਜਿਹੜੇ ਲੀਡਰ ਆਪ ਦੇ ਤੇ ਮਾਰਜਨ ਪਰ ਮਾਰਜਨ ਉਮੀਦ ਨਾਲੋਂ ਜ਼ਿਆਦਾ ਹੋਇਆ ਈਵਨ ਸਾਡੀ ਉਮੀਦ ਨਾਲੋਂ ਵੀ ਜ਼ਿਆਦਾ ਹੈ ਕਹਿ ਸਕਦੇ ਆ ਕਿ ਮਾਰਜਨ ਵੀ ਉਹਦਾ ਇੱਕ ਕਾਰਨ ਇਹ ਵੀ ਹੋ ਸਕਦਾ ਹੈ ਉਹਦਾ ਦੇਖੋ ਸਰਕਾਰ ਤਾਂ ਕਹੇਗੀ ਸਾਡੀ ਕਾਰਗੁਜ਼ਾਰੀ ਨੂੰ ਹੀ ਮਿਲੀ ਹੈ ਉਹਦਾ ਕਾਰਨ ਇੱਕ ਹੋ ਸਕਦਾ ਹੈ ਕਿ ਜਿਹੜੀ ਬੀਜੇਪੀ ਦਾ ਵੋਟ ਵੈਜ ਬੀਜੇਪੀ ਨੇ ਪਹਿਲੀ ਵਾਰੀ ਆਜ਼ਾਦਾਨਾ ਤੌਰ ਤੇ ਚੋਣ ਲੜੀ ਕਲੇ ਆਪਣੇ ਉਹਨਾਂ ਨੇ ਜੋ ਵੋਟ ਬੈਂਕ ਕੇ ਅੱਛਾ ਵੋਟ ਬੈਂਕ ਲਿਆ ਬਿਲਕੁਲ ਹਾਂ ਪਹਿਲਾਂ ਤੋਂ ਤੀਜੇ ਨੰਬਰ ਤੇ ਰਹੇ ਪਰ ਚੌਥੇ ਤੇ ਆ ਗਏ ਫਿਰ ਵੀ ਵੋਟ ਉਹਨਾਂ ਦੀ ਕਾਫੀ ਅੱਛੀ ਪਈ ਹੈ ਸੋ ਅਰਬਨ ਵੋਟ ਬੈਂਕ ਦੇ ਵਿੱਚ ਸੰ ਲੈ ਉਹਨਾਂ ਨੇ ਉਹ ਕਾਂਗਰਸ ਦੇ ਵੋਟ ਕਾਂਗਰਸ ਨੂੰ ਹੀ ਨੁਕਸਾਨ ਹੋਇਆ ਇਹ ਦਿਨਾਂ ਹੋਇਆ ਤੇ ਬਿਜੇ ਵੀ ਦਾ ਵੋਟ ਬੈਂਕ ਜਿਹੜਾ ਅਰਬਨ ਵੋਟ ਬੈਂਕ ਹੈ ਉਹਦੇ ਚ ਕਾਂਗਰਸ ਤੇ ਭਾਜਪਾ ਦੀ ਲੜਾਈ ਹੁੰਦੀ ਹੈ ਸੋ ਉਹ ਉਹਦੇ ਚ ਜਲੰਧਰ ਚ ਹੈ ਵੀ ਸੀ ਉਹਨਾਂ ਦਾ ਪਹਿਲਾਂ ਵੀ ਸੀ ਤੇ ਜਲੰਧਰ ਸ਼ਹਿਰ ਚੋਂ ਹੀ ਸੋ ਇਵਨ ਜਿਹੜੇ ਰੂਰਲ ਜਿਹੜੇ ਸੈਮੀ ਅਰਬਨ ਹੈਗੇ ਨੇ ਹਲਕੇ ਉਹਨਾਂ ਚ ਵੀ ਬੀਜੇਪੀ ਨੂੰ ਵੋਟ ਮਿਲੀ ਹੈ ਸੋ ਬੀਜੇਪੀ ਨੂੰ ਵੋਟ ਮਿਲਣ ਦਾ ਜਿਹੜਾ ਫਾਇਦਾ ਉਹ ਆਮ ਆਦਮੀ ਪਾਰਟੀ ਨੂੰ ਹੋਇਆ ਕਾਂਗਰਸ ਨੂੰ ਖੋਰਾ ਲੱਗਿਆ ਉਹਦੇ ਨਾਲ ਜਿੱਤੇ ਤੱਕ ਕੈਂਪੇਨ ਦਾ ਸਬੰਧ ਹੈ ਕੈਂਪੇਨ ਦੇ ਵਿੱਚ ਦੇਖੋ ਕੇਜਰੀਵਾਲ ਔਰ ਭਗਵੰਤ ਮਾਨ ਨੇ ਕਿੰਨੇ ਰੋਡ ਸ਼ੋਅ ਕੀਤੇ ਕਿੰਨਾ ਜ਼ੋਰ ਲਾਇਆ ਭਗਵੰਤ ਮਾਨ ਨੇ ਤਾਂ ਬਹੁਤ ਹੀ ਰੈਲੀਆਂ ਕੀਤੀਆਂ ਜ਼ੋਰ ਲਾਇਆ ਪਰ ਦੂਜੇ ਉਹਨਾਂ ਦੇ ਜਿਹੜੇ ਹੋਸੀ ਇੰਚਾਰਜ ਸੀ ਵਰਕਰ ਸੀ ਉਹਨਾਂ ਨੇ ਬਹੁਤ ਜ਼ੋਰ ਲਾਇਆ ਜਿਵੇਂ ਦੇਖੋ ਇੰਚਾਰਜ ਉਹਦਾ ਨਾਂ ਘਟਾ ਰਿਹਾ ਹੈ ਹਰਚੰਦ ਬਰਸ਼ਟ ਉਹਨੂੰ ਇੰਚਾਰਜ ਬਣਾਇਆ ਉਹਨੇ ਗਰਾਊਂਡ ਲੈਵਲ ਤੇ ਬਹੁਤ ਕੰਮ ਕੀਤਾ ਹੈ ਭਲੇ ਇਹਦਾ ਕ੍ਰੈਡਿਟ ਜਿਹੜਾ ਹੈ ਉਹਦੇ ਚ ਉਹਦਾ ਹਿੱਸਾ ਉਹ ਨੋਟੇਬਲ ਹੋਏਗਾ ਉਹ ਅੰਦਰ ਪਾਰਟੀ ਜ਼ਰੂਰ ਕਰੇਗੀ ਇਸੇ ਤਰ੍ਹਾਂ ਹਰਪਾਲਜੀ ਮੈਨ ਉਹਨਾਂ ਨੇ ਇੰਚਾਰਜ ਬਣਾਇਆ ਉਹਦਾ ਤਾਂ ਓਵਰਾਲ ਜ਼ਿੰਮੇਵਾਰੀ ਸੀ ਹੈਗੀ ਸੀ ਕੁਲਦੀਪ ਢਾਲੀਵਾਲ ਨੇ ਬਹੁਤ ਜੋ شدت ਨਾਲ ਜੋਰ ਨਾਲ ਕੰਮ ਕੀਤਾ ਕੁਝ ਜਿਹੜੇ ਰੂਰਲ ਹਲਕਿਆਂ ਦੇ ਵਿੱਚ ਕੁਲਦੀਪ ਢਾਲੀਵਾਲ ਕਿਉਂਕਿ ਇਸ ਸਰਕਾਰ ਦੇ ਆਪ ਦੇ ਉਹ ਤਕੜੇ ਕੱਦਾਵਰ ਨੇਤਾ ਉੱਭਰ ਕੇ ਆਏ ਨੇ ਤੇ ਉਹਨਾਂ ਨੇ ਆਪਣਾ ਜਿਹੜਾ ਕਾਫੀ ਜ਼ੋਰ ਲਾਇਆ ਉਹਨਾਂ ਦਾ ਅਸਰ ਵੀ ਹੈ ਰੂਰਲ ਏਰੀਆ ਚ ਦੇਖੋ ਮਹਿਕਮੇ ਵੀ ਉਹਨਾਂ ਕੋਲ ਦੋ ਹੀ ਨੇ ਜਿਹੜੇ ਉਹ ਅਸਰ ਕਰਦੇ ਨੇ ਫਿਰ ਐਨ ਆਰ ਆਈਜ਼ ਵਾਲਾ ਐਸਪੈਕਟ ਐਨ ਆਰ ਆਈਜ਼ ਵਾਲਾ ਐਸਪੈਕਟ ਵੀ ਕੁਲਦੀਪ ਢਾਲੀਵਾਲ ਦੇ ਕਰਕੇ ਕੁਲਦੀਪ ਢਾਲੀਵਾਲ ਨੇ ਕੋਸ਼ਿਸ਼ਾਂ ਕੀਤੀਆਂ ਹਨ ਐਨਆਰਆਈ ਜਨੂ ਦੇ ਮਸਲੇ ਹੱਲ ਕਰਨ ਦੀ ਉਹਨਾਂ ਦੇ ਵਨਓਵਰ ਕਰਨ ਦੀ ਉਹ ਫੈਕਟਰ ਵੀ ਦਾਬੇ ਚ ਹੈਗਾ ਸਾਰੇ ਜੀ ਜਲੰਧਰ ਚ ਖਾਸ ਕਰਕੇ ਸੋ ਉਹਦਾ ਵੀ ਅਸਰ ਜਿਹੜਾ ਕੁਲਦੀਪ ਢਾਲੀਵਾਲ ਦੀ ਬਹੁਤ ਵੀ ਐਨਆਰਆਈ ਮਿਲਣੀ ਦੀ ਜਲੰਧਰ ਤੋਂ ਕੀਤੀ ਗਈ ਹਾਂ ਤੇ ਉਹਨਾਂ ਦੀ ਸੁਣਵਾਈ ਹੋਣ ਲੱਗੀ ਹੈ ਚਲੋ ਕਿੰਨੇ ਕੰਮ ਨਿਪਟਦੇ ਨਹੀਂ ਪਰ ਉਹਨਾਂ ਦੀ ਇੱਕ ਕੁਝ ਸੁਣਵਾਈ ਤਾਂ ਕਰ ਰਹੇ ਹਨਾ ਇਹ ਤਾਂ ਪ੍ਰਭਾਵ ਦਿੰਦਾ ਨੇ ਸੋ ਕੁਲਦੀਪ ਢਾਲੀਵਾਲ ਦਾ ਵੀ ਇਸ ਹਲਕੇ ਦੇ ਵਿੱਚ ਇਸ ਚ ਰੋਲ ਮਤਲਬ ਜ਼ਰੂਰ ਹੋਏਗਾ ਉਹਨਾਂ ਨੇ ਚਲੋ ਫਿਜ਼ੀਕਲੀ ਕੈਂਪੇਨ ਤੋਂ ਕਰਦੇ ਕਰਦੇ ਸੀ ਰੋਜ਼ ਜਦ ਇਹ ਇਸ ਪੱਖੋਂ ਵੀ ਹੋਏਗਾ ਸਾਡੀ ਜੀ ਇਹ ਹੈ ਕਾਂਗਰਸ ਦੀ ਆਪਾਂ ਗੱਲ ਕਰੀਏ ਕਾਂਗਰਸ ਦੀ ਹਾਰ ਦੇ ਇੱਕ ਤੁਸੀਂ ਮੇਨ ਕਾਰਨ ਦੱਸਿਆ ਵੀ ਭਾਜਪਾ ਨੂੰ ਚੰਗੀਆਂ ਵੋਟਾਂ ਪਈਆਂ ਉਹ ਕਾਂਗਰਸ ਨੂੰ ਅਲਟੀਮੇਟਲੀ ਉਹਦਾ ਨੁਕਸਾਨ ਹੋਇਆ ਅ ਕਿਹਾ ਜਾ ਰਿਹਾ ਸੀਗਾ ਵੀ ਕਿਉਂਕਿ ਸੰਤੋਖ ਚੌਧਰੀ ਦੇ ਦੇਹਾਂਤ ਤੋਂ ਬਾਅਦ ਵੀ ਇੱਕ ਸਿੰਪਥੀ ਦੇ ਤੌਰ ਤੇ ਕਰਮਜੀਤ ਕੌਰ ਚੌਧਰੀ ਨੂੰ ਵੋਟਾਂ ਪੈ ਸਕਦੀਆਂ ਨੇ ਔਰ ਇੱਕ ਸਿੱਧੂ ਮੂਸੇਵਾਲਾ ਫੈਕਟਰ ਬੜਾ ਇਹਦੇ ਵਿਚਾਰਿਆ ਜਾ ਰਿਹਾ ਸੀ ਲਾਸਟ ਮੋਮੈਂਟ ਤੱਕ ਸਿੱਧੂ ਮੂਸੇਵਾਲਾ ਦੇ ਫਾਦਰ ਨੇ ਅਪੀਲ ਕੀਤੀ ਕਿ ਤੁਸੀਂ ਆਮ ਆਦਮੀ ਪਾਰਟੀ ਨੂੰ ਵੋਟ ਨਾ ਪਾਓ ਔਰ ਜਿੱਧਰ ਮਰਜ਼ੀ ਪਾ ਦਿਓ ਇੰਡਾਇਰੈਕਟਲੀ ਕਾਂਗਰਸ ਨੂੰ ਪਾਉਣ ਦੀ ਗੱਲ ਕਰ ਰਹੇ ਸੀ ਉਹਦਾ ਵੀ ਲੱਗ ਰਿਹਾ ਸੀਗਾ ਸੋਸ਼ਲ ਮੀਡੀਆ ਤੇ ਬੜਾ ਉਹ ਵਾਇਰਲ ਵੀ ਹੋਇਆ ਪਰ ਕੀ ਤੁਹਾਨੂੰ ਉਸ ਚੀਜ਼ ਨੂੰ ਕਿਵੇਂ ਦੇਖਦੇ ਹੋ ਕਾਂਗਰਸ ਦੀ ਹਾਰ ਨੂੰ ਉਹ ਤਾਂ ਹੁਣ ਹੁਣ ਤਾਂ ਜੇ ਅਮਰਿਤਪਾਲ ਵਾਲਾ ਫੀਨੋਮਨਾ ਵੀ ਉਹ ਜਲੰਧਰ 'ਚ ਹੀ ਹੋਇਆ ਸੀਗਾ ਮੈਦਪੁਰ ਤੇ ਉਹ ਹੀ ਏਰੀਆ ਸ਼ਾਹਕੋਟ ਦਾ ਏਰੀਆ ਸੀ ਪਰ ਇਹਦਾ ਮਤਲਬ ਇਹ ਹੈਗਾ ਵੀ ਲੋਕਾਂ ਨੇ ਜਾਂ ਵੱਡੀ ਗਿਣਤੀ 'ਚ ਲੋਕਾਂ ਨੇ ਉਹ ਮੁੱਦਿਆਂ ਨੂੰ ਰਿਜੈਕਟ ਕੀਤਾ ਜਾਂ ਉਹਨੂੰ ਨਹੀਂ ਉਹ ਵਿਚਾਰਿਆ ਜਾਉਤੇ ਤੇ ਫੋਕਸ ਨਹੀਂ ਕੀਤਾ ਵੋਟ ਬੈਂਕ ਵੀ ਜਿਹੜਾ ਵੋਟ ਪਰਸੈਂਟੇਜ ਹੈ ਉਹ 34% ਦੇ ਕਰੀਬ ਲੈ ਕੇ ਗਏ ਆ ਉਕੇ ਜਰੀਵਾਲ ਨੇ ਆਪਣੀ ਬੰਦੇ ਚ ਗਿਣਾਈ ਵੀ ਬੈ ਨਹੀਂ ਕਿੰਨੇ ਪਰਸੈਂਟ ਸਾਡੀ ਸਾਡੀ ਸਿਰਫ ਉਹਨਾਂ ਪਹਿਲਾਂ 2% ਵੋਟ ਸੀ ਬੈਂਕ ਸੀ ਇੱਥੇ ਤੇ ਹੁਣ ਕਿੰਨੇ ਪਿਛਲੀਆਂ ਤੇ ਸਿਰਫ ਦੋ ਹਲਕੇ ਅੱਜ ਨੌ ਹਲਕੇ ਨੇ ਪੰਜ ਹਲਕਿਆਂ ਦੇ ਵਿੱਚ ਆਪ 22 ਚ ਆਮ ਆਦਮੀ ਪਾਰਟੀ ਜਿੱਤੀ ਸੀ ਚਾਰ ਚ ਹੋ ਅ ਨਾ ਚ ਚਾਰ ਚ ਜਿੱਤੇ ਸੀ ਪੰਜ ਚ ਹਾਰੇ ਸੀ ਪੰਜ ਕਾਂਗਰਸ ਕੋਲ ਸੀ ਤੇ ਹੁਣ ਸੱਤ ਹਲਕਿਆਂ ਜਿੱਤੇ ਨੇ ਔਰ ਦੋ ਹਲਕਿਆਂ ਜਿਹੜੇ ਸੈਂਟਰਲ ਤੇ ਕੋ ਜਲੰਧਰ ਦੇ ਸ਼ਹਿਰ ਦੇ ਦੋ ਹਲਕਿਆਂ ਸਿਰਫ ਉਹਨਾਂ ਦੀ ਪਿੱਛੇ ਰਹੇ ਨੇ ਬਾਕੀ ਸਾਰੇ ਹਲਕੇ ਜਿੱਤੇ ਨੇ ਬਲੋਂ ਉਹਨਾਂ ਦੇ ਪਰਸੈਂਟੇਜ ਪੱਖੋਂ ਵੀ ਇੰਪਰੂਵ ਕੀਤਾ ਹਲਕਿਆਂ ਪੱਖੋਂ ਵੀ ਇੰਪਰੂਵ ਕੀਤਾ ਪਿਛਲੀ ਪਾਰਲੀਮੈਂਟ ਪੱਖੋਂ ਵੀ ਸੋ ਉਹਨਾਂ ਨੇ ਇਹ ਗੱਲ ਉਹਨਾਂ ਦੇ ਇਹ ਕਹਿ ਲੋ ਕਿ ਉਹਨਾਂ ਦੀ ਜਿਹੜੀ ਕਾਰਗੁਜ਼ਾਰੀ ਹੈ ਜਾਂ ਉਹਨਾਂ ਦੀ ਸਟ੍ਰੈਟਜੀ ਇਲੈਕਸ਼ਨ ਸਟ੍ਰੈਟਜੀ ਸੀ ਉਹ ਕਾਮਯਾਬ ਹੋਈ ਹੈ ਜਿਹੜੇ ਜਿਹਨੇ ਜਿਹਨੇ ਜਿਹੜੇ ਜਿਹੜੇ ਬਣਾਉਣ ਵਾਲੇ ਸੀ ਉਹਨਾਂ ਦੇ ਉਹਦੇ ਚ ਮੁੱਖ ਜਿਹੜਾ ਕ੍ਰੈਡਿਟ ਤਾਂ ਭਗਵੰਤ ਮਾਨ ਨੂੰ ਜਾਏਗਾ ਜਾਏਗਾ ਹਾਂਜੀ ਅੱਛਾ ਇੱਕ ਅਕਾਲੀ ਦਲ ਦੀ ਆਪਾਂ ਗੱਲ ਕਰੀਏ ਅਕਾਲੀ ਦਲ ਨੇ ਬੜਾ ਕੰਪੇਨਿੰਗ ਬੜੀ ਸਟਰੋਂਗਲੀ ਚੱਲ ਰਹੀ ਸੀ ਉਸ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਦੀ ਉਹਨਾਂ ਦੀ ਡੈਥ ਤੋਂ ਬਾਅਦ ਕੰਪੇਨਿੰਗ ਠੱਲ ਪਈ ਪਰ ਉਸ ਤੋਂ ਬਾਅਦ ਵੀ ਲਾਸਟ ਮੋਮੈਂਟ ਤੇ ਸੁਖਵੀਰ ਬਾਦਲ ਫਿਰ ਮੈਦਾਨ ਚ ਉਤਰੇ ਤੇ ਉਹਨਾਂ ਨੇ ਵੋਟਾਂ ਮੰਗੀਆਂ ਉਸ ਤਰੀਕੇ ਦੇ ਨਾਲ ਤੇ ਹੁਣ ਇਹ ਇਲੈਕਸ਼ਨ ਤੋਂ ਬਾਅਦ ਤੁਹਾਨੂੰ ਕੀ ਲੱਗਦਾ ਕਿਉਂਕਿ ਪਹਿਲਾਂ ਤੋਂ ਹੀ ਗੱਲਾਂ ਚੱਲ ਰਹੀਆਂ ਸੀਗਾ ਗੱਠ ਜੋੜ ਦੇ ਸੰਕੇਤ ਦੇ ਰਹੇ ਨੇ ਭਾਜੀਪੀ ਤੇ ਅਕਾਲੀ ਦਲ ਹੁਣ ਕੀ ਲੱਗਦਾ ਹੈ ਕਿ ਕਿਉਂਕਿ ਦੋਵਾਂ ਦੀਆਂ ਅਗਰ ਆਪਾਂ ਵੋਟਾਂ ਨੂੰ ਮਲਾਈਏ ਦੋਵੇਂ ਕੈਂਡੀਡੇਟਸ ਨੇ ਤਾਂ ਉਹ ਜ਼ਿਆਦਾ ਬਣ ਜਾਂਦੀਆਂ ਨੇ ਫਿਰ ਤੇ ਲੱਗਦਾ ਵੀ ਇਸ ਤੇ ਵਿਚਾਰ ਕੀਤਾ ਜਾ ਸਕਦਾ ਉਹਨਾਂ ਵੱਲ ਦੇਖੋ ਇਸ ਚੋਣ ਦੇ ਨਤੀਜੇ ਦੇ ਕਈ ਪੱਖੋਂ ਅਸਰ ਹੋਏਗਾ ਪੰਜਾਬ ਦੀ ਪੋਲਿਟਿਕਸ ਤੇ ਇੱਕ ਤਾਂ ਪਾਰਟੀ ਸਰਕਾਰ ਜਿਹੜੀ ਜੋ ਨੀਤੀਆਂ ਤੇ ਫੈਸਲੇ ਲਾਗੂ ਕਰੇ ਸੀ ਉਹਨੂੰ ਹੋਰ ਜ਼ੋਰ ਨਾ ਕਰੇਗੀ ਉਹਨੂੰ ਲੱਗੇਗਾ ਇਹ ਠੀਕ ਹੈ ਜਿਹੜਾ ਸੀ ਬਣਾ ਰਹੇ ਕਿਉਂਕਿ 2024 ਦੀ ਇਲੈਕਸ਼ਨ ਸਾਹਮਣੇ ਆ ਪਾਰਲੀਮੈਂਟ ਦੀ ਇੱਕ ਤਾਂ ਦੂਜਾ ਪਾਰਟੀ ਦੇ ਵਿੱਚ ਸਰਕਾਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਭਗਵੰਤ ਮਾਨ ਦੀ ਜਿਹੜੀ ਪੋਜੀਸ਼ਨ ਹੈ ਉਹਦਾ ਸਿਆਸੀ ਕਦ ਉਹਨੂੰ ਮਜ਼ਬੂਤੀ ਮਿਲੇਗੀ ਵੱਡਾ ਹੋਏਗਾ ਉਹਨੂੰ ਜਿਹੜੀ ਉਹਦੇ ਜਿਹੜੇ ਐ ਕਹ ਲਓ ਕਿ ਉਹਨੂੰ ਤਾਕਤ ਮਿਲੇਗੀ ਭਗਵੰਤ ਮਾਨ ਨੂੰ ਸਿਆਸੀ ਤੌਰ ਤੇ ਵੱਧ ਪਹਿਲਾਂ ਨਾਲੋਂ ਔਰ ਉਹਦਾ ਕਦ ਜਿਹੜਾ ਹੋਰ ਵੱਡਾ ਹੋਏਗਾ ਔਰ ਹੋਰ ਕੌਨਫੀਡੈਂਸ ਨਾਲ ਹੋਰ ਭਰੋਸੇ ਨਾਲ ਉਹ ਆਪਰੇਟ ਕਰਨਗੇ ਮਤਲਬ ਜਿਹਦੇ ਨਾਲ ਫੈਸਲਿਆਂ ਤੇ ਹੋਰ ਤੇ ਫਰਕ ਪਾਏਗਾ ਇੱਕਦਮ ਤੇ ਦੂਜਾ ਇਹ ਹੈ ਕਿ ਜਿਹੜੀ 2024 ਵਾਸਤੇ ਜਿਹੜੀ ਦੌੜ ਹੈ ਉਹਦੇ ਚ ਆਮ ਆਦਮੀ ਪਾਰਟੀ ਉਹ ਹੁਣ ਹੁਣ ਤੇ ਸਟ੍ਰੈਟਜੀ ਬਣੇਗੀ ਉਹ ਆਮ ਆਦਮੀ ਪਾਰਟੀ ਜਿਹੜੀ ਹੈ ਉਹਨੂੰ ਹੌਸਲਾ ਹੋ ਜਾਏਗਾ ਵੀ ਅਸੀਂ 2024 ਵੀ ਜਿੱਤ ਸਕਦੇ ਹਾਂ ਉਹਨਾਂ ਨੇ ਕਲੇਮ ਕੀਤਾ ਜਿੱਤੇ ਰਹਿਣ 13 13 ਜਿੱਤਾਂਗੇ ਕੁਲਦੀਪ ਢਾਲੀਵਾਲ ਕਹਿ ਰਹੇ ਨੇ ਅਸੀਂ 13 13 ਜਿੱਤਾਂਗੇ ਤੇ ਉਹ ਗੱਲ ਜਿਹੜੀ ਹੈ ਉਹ ਮਤਲਬ ਉਸ ਤਿਆਰੀ ਚ ਹੁਣ ਉਹ ਫਿਰ ਹੋਰ ਪਪੂਲਰ ਜਿਹੜੇ ਡਿਸੀਜਨ ਲੈਣਗੇ ਜਿਵੇਂ ਹੁਣੇ ਉਮੀਦ ਕੀਤੀ ਜਾ ਰਹੀ ਹੈ ਵੀ ਚੋਣਾਂ ਤੋਂ ਪਹਿਲਾਂ ਉਹ ਜਿਹੜਾ 1000 ਰੁਪਏ ਦਾ ਵਾਅਦਾ ਕੀਤਾ ਵੀ ਉਹ ਵੀ ਉਹ ਜ਼ਰੂਰ ਲੈਣਗੇ ਇੱਕ ਜਿਹੜਾ ਇਹਦਾ ਅਸਰ ਜਿਹੜਾ ਤੁਸੀਂ ਗੱਲ ਕੀਤੀ ਹੈ ਬਿਲਕੁਲ ਉਹ ਡਿਬੇਟ ਹੋਏਗੀ ਸੱਚੇ ਹਾਲਾਂਕਿ ਬੀਜੇਪੀ ਵਾਸਤੇ ਕਾਫੀ ਸੈਟੀਸਫੈਕਸ਼ਨ ਹੋਏਗੀ ਕਿ ਉਹਨਾਂ ਨੇ ਇੰਨੀ ਵੋਟ ਲੈ ਲਈ ਕੱਲਿਆ ਨੇ ਕੱਲਿਆਣੇ ਲੜੀ ਤੇ ਉਹ ਉਹਨਾਂ ਦਾ ਜਲੰਧਰ ਤੇ ਦਾਵਾ ਵੀ ਕਰ ਸਕਦੇ ਆ ਉਹ ਜੇ ਪਰ ਇਹ ਗੱਲ ਜ਼ਰੂਰ ਡਿਬੇਟ ਹੋਏਗੀ ਜ਼ਰੂਰ ਦੋਨਾਂ ਨੂੰ ਲੱਗੇਗਾ ਕਿ ਅਸੀਂ ਇਕੱਲੇ-ਇਕੱਲੇ ਨਹੀਂ ਆਮ ਆਦਮੀ ਪਾਰਟੀ ਨੂੰ ਟਾ ਸਕਦੇ ਕਾਂਗਰਸ ਤੇ ਆਮ ਆਦਮੀ ਪਾਰਟੀ ਦੋਨਾਂ ਨੂੰ ਅਸੀਂ ਇਕੱਲੇ-ਇਕੱਲੇ ਨਹੀਂ ਮੁਕਾਬਲਾ ਕਰ ਸਕਦੇ ਸੋ ਉਹਨਾਂ ਦੋਨਾਂ ਵਾਸਤੇ ਇਹ ਗੱਲ ਸੋਚਣ ਲਈ ਮਜਬੂਰ ਹੋ ਸਕਦੇ ਨੇ ਜਾਂ ਹੋਣਗੇ ਪਹਿਲੇ ਇੰਡੀਕੇਸ਼ਨ ਆਈਆਂ ਨੇ ਜਿਸ ਤਰ੍ਹਾਂ ਦੀ ਪ੍ਰਕਾਸ਼ ਸਿੰਘ ਬਾਦਲ ਦੀ ਡੈਥ ਤੋਂ ਬਾਅਦ ਉਸ ਤੋਂ ਬਾਅਦ ਜਿਸ ਤਰ੍ਹਾਂ ਮੋਦੀ ਨੇ ਲਿਖਿਆ ਜੋ ਲੀਡਰ ਭੇਜੇ ਸਾਰੇ ਉਦੋਂ ਇਹ ਜੈਸਚਰ ਇਸ ਤਰ੍ਹਾਂ ਦੇ ਸੀਗੇ ਤੇ ਕਿਉਂਕਿ ਜਲੰਧਰ ਜਿਹੜੀ ਆ ਉਹ ਰਵਾਇਤੀ ਤੌਰ ਤੇ ਸੀਟ ਕਾਂਗਰਸ ਦੀ ਰਹੀ ਹੈ ਇੰਨੇ ਸਾਲਾਂ ਤੋਂ ਤੇ ਪਹਿਲਾਂ ਦਾ 19 2000 ਉਹਦਾ ਜਮਾਨਤ ਨਹੀਂ ਸੀ ਬੱਚੀ ਉਹਨਦੀ ਆਪ ਦੀ ਤੇ ਹੁਣ ਉਹ ਜਿੱਤ ਗਿਆ ਨਹੀਂ ਸੀਟ ਤੇ ਅਕਾਲੀ ਦਲ ਕੋਲ ਤਾਂ ਹੈ ਨਹੀਂ ਸੀ ਪਹਿਲਾਂ ਸੋ ਕਾਲੀ ਦਲ ਤੇ ਭਾਜਪਾ ਵਾਸਤੇ ਉਹਨਾਂ ਵਾਸਤੇ ਦੋਨਾਂ ਵਾਸਤੇ ਇਹ ਸੋਚਣਾ ਮਜਬੂਰੀ ਬਣ ਜਾਏਗੀ ਕਿ ਜੇ ਅਸੀਂ ਪਾਰਲੀਮੈਂਟ ਦੇ ਪੰਜਾਬ ਦੀ ਪੋਲਿਟਿਕ ਤੇ ਅਸੀਂ ਕਰਨਾ ਤਾਂ ਦੋਨਾਂ ਦੇ ਅਲਾਈਅੰਸ ਜਿਹੜਾ ਉਹ ਜ਼ਰੂਰੀ ਹੈ ਇਹ ਉਹਨਾਂ ਦੇ ਨੂੰ ਰੀਥਿੰਕਿੰਗ ਜ਼ਰੂਰ ਹੋਏਗੀ ਤੇ ਇੰਡੀਕੇਸ਼ਨਸ ਵੀ ਹੈਗੀਆਂ ਨੇ ਕਿ ਉਹਨਾਂ ਦੇ ਵਿੱਚ ਗੱਲਬਾਤ ਚੱਲੇਗੀ ਤੇ ਕੋਈ ਵੱਡੀ ਗੱਲ ਨਹੀਂ ਪਰ ਇਸ ਵਾਰ ਭਾਜਪਾ ਕਾਲੀ ਦਲ ਖਾਲੀ ਦਲ ਦੀ ਸ਼ਰਤਾਂ ਤੇ ਨਹੀਂ ਹੋਏਗਾ ਜੇ ਹੋਇਆ ਤਾਂ ਉਹ ਭਾਜਪਾ ਜਿਹੜੀ ਆਪਣੀ ਅਸਰਤਾ ਮਨਾਏਗੀ ਤੇ ਉਹ ਵੱਧ ਹਿੱਸਾ ਵੱਡਾ ਲਏਗੀ ਕਿਉਂਕਿ ਉਹਨਾਂ ਦੇ ਹੁਣ ਤਾਂ ਉਹਨਾਂ ਨੇ ਬੰਦੇ ਦੂਜੀਆਂ ਪਾਰਟੀਆਂ ਚ ਲੈ ਕੇ ਬੰਦੇ ਵੀ ਤੋੜ-ਬੋਤ ਲਏ ਨੇ ਇਹ ਗੱਲ ਇਹ ਜਿਹੜਾ ਇਹ ਜ਼ਰੂਰ ਇਹ ਡਵੈਲਪਮੈਂਟ ਦੇ ਵਾਸਤੇ ਗੁੰਜਾਇਸ਼ ਹੈਗੀ ਜਾਂ ਇਹ ਗੱਲ ਉੱਠੇਗੀ ਔਰ ਨਿਬੜਦਾ ਕੀ ਹੈ ਕੀ ਨਹੀਂ ਨਿਬੜਦਾ ਇਹ ਅਜੇ ਕੁਝ ਨਹੀਂ ਕਹਿਆ ਜਾ ਸਕਦਾ ਪਰ ਇਹ ਇਹਦਰ ਨੂੰ ਜਾਏਗੀ ਜ਼ਰੂਰ ਇਹ ਗੱਲ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸੋਪ ਗੱਲ ਅਸੀਂ ਕੀਤੀ ਹੈ ਚਰਚਾ ਕੀਤੀ ਅੱਜ ਜਿਹੜੀਆਂ ਜਿਹੜੇ ਰਿਜ਼ਲਟਸ ਆਏ ਨੇ ਚੋਣਾਂ ਦੇ ਤੇ ਇਸ ਦੇ ਨਾਲ ਪੰਜਾਬ ਦੀ ਪੋਲਿਟਿਕਸ ਤੇ ਕਿਸ ਤਰ੍ਹਾਂ ਦੇ ਨਾਲ ਇਹਦਾ ਇੰਪੈਕਟ ਪੈਣ ਵਾਲਾ ਹੈ ਤੇ ਅਲੱਗ-ਅਲੱਗ ਪੋਲਿਟੀਕਲ ਪਾਰਟੀਆਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਜਿੱਤਦੇ ਜਾਂ ਹਾਰਦੇ ਕੀ ਇਹਦੇ ਚ ਕਾਰਨ ਰਹੀ ਕਿ ਹੋਰ ਜਿਹੜਾ ਹੈਗਾ ਪਹਿਲੂ ਕਿ ਪਾਰਲੀਮੈਂਟ ਦੇ ਵਿੱਚ ਲੋਕ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਦਾ ਕੋਈ ਕੈਂਡੀਡੇਟ ਨਹੀਂ ਅਮਲੇ ਮੈਂਬਰ ਨਹੀਂ ਸੀਗਾ ਤਾਂ ਪਾਰਲੀਮੈਂਟ ਦੇ ਵਿੱਚ ਉਹਨਾਂ ਦੀ ਲੋਕ ਸਭਾ ਦੇ ਵਿੱਚ ਰਾਜ ਸਭਾ ਦੇ ਹੈਗੇ ਨੇ ਪਰ ਲੋਕ ਸਭਾ ਦੇ ਵਿੱਚ ਉਹਨਾਂ ਦੇ ਮੈਂਬਰ ਕੋਈ ਨਹੀਂ ਸੀ ਭਗਵੰਤ ਮਾਨ ਜਦੋਂ ਹਾਂ ਇਕੱਲੇ ਸੀ ਸੀਐਮ ਬਣ ਗਏ ਤਾਂ ਸੋ ਹਾਜ਼ਰੀ ਜਿਹੜੀ ਆਮ ਆਦਮੀ ਪਾਰਟੀ ਦੀ ਉੱਥੇ ਵੀ ਲੱਗੀ ਇਹ ਵੀ ਆਮ ਆਦਮੀ ਪਾਰਟੀ ਵਾਸਤੇ ਨੈਸ਼ਨਲ ਕਿਉਂਕਿ ਨੈਸ਼ਨਲ ਲੈਵਲ ਦੀ ਪਾਰਟੀ ਬਣ ਗਈ ਹੈ ਨੈਸ਼ਨਲ ਲੈਵਲ ਦੀ ਪਾਰਟੀ ਬਣਨ ਤੋਂ ਬਾਅਦ ਪਹਿਲੀ ਚੋਣ ਸੀ ਇਹ ਪਹਿਲੀ ਚੋਣ ਜਿੱਤ ਗਏ ਨੇ ਤੇ ਪਾਰਲੀਮੈਂਟ 'ਚ ਉਹਨਾਂ ਦੀ ਜਿਹੜੀ ਹਾਜ਼ਰੀ ਹੈ ਆਪਣੇ ਆਪ ਵਿੱਚ ਕੌਮੀ ਪੱਧਰ ਤੇ ਉਹਨਾਂ ਵਾਸਤੇ ਇੱਕ ਪਲੇਟਫਾਰਮ ਹੋਏਗਾ ਉਹਨਾਂ ਦੇ ਗੱਲ ਕਰਨ ਦਾ ਪਾਰਲੀਮੈਂਟ ਲੋਕ ਸਭਾ 'ਚ ਜਦੋਂ ਗੱਲ ਹੁੰਦੀ ਹੈ ਰਾਸ਼ਵਾਚ ਕਰਦੇ ਨੇ ਉਹ ਰਾਗਵਚੱਡਾ ਇਹ ਬਹੁਤ ਠਣਾਉਂਦੇ ਨੇ ਅਜਾ ਬੜੀ ਇੰਟਰਸਟਿੰਗ ਗੱਲ ਹੈ ਵੀ ਰਾਗਵਚੱਡਾ ਇਹ ਜਲੰਧਰ ਨਾਨਕੇ ਤੇ ਅੱਜ ਉਹ ਉਹ ਵੀ ਹੈਗੀ ਸਿਗਾਈ ਹੋ ਰਹੀ ਹੈ ਉਹਨਾਂ ਦੀ ਤੇ ਉਹਨਾਂ ਨੇ ਇਹ ਟਵੀਟ ਵੀ ਕੀਤਾ ਵੀ ਮੇਰੇ ਨਾਨਕਿਆਂ ਨੇ ਮੈਨੂੰ ਬੜਾ ਅੱਛਾ ਤੋਹਫਾ ਦਿੱਤਾ ਹੈ ਉਹਦੇ ਨਾਨਕੇ ਸੀ ਉਹਦੇ ਦੀ ਮਾਤਾ ਜਿਹੜੇ ਉੱਥੇ ਦੇ ਹੈਗੇ ਸੀ ਸੋ ਪਾਰਲੀਮੈਂਟ ਦੇ ਵਿੱਚ ਉਹਨਾਂ ਦੀ ਹਾਜ਼ਰੀ ਲੱਗੇਗੀ ਲੋਕ ਸਭਾ ਦੇ ਵਿੱਚ ਰਾਜ ਸਭਾ 'ਚ ਲੱਗਦੀ ਹੈ ਤੇ ਇਹ ਵੀ ਆਪਣੇ ਆਪ 'ਚ ਆਪ ਵਾਸਤੇ ਇੱਕ ਅਚੀਵਮੈਂਟ ਕਹਿ ਲਓ ਜਾਂ ਆਪਣੇ ਵਾਸਤੇ ਇੱਕ ਖੁਲਾਰੇ ਵਾਲੀ ਗੱਲ ਹੈਗੀ ਹੈ ਸੋ ਕਈ ਪੱਖੋਂ ਅਚੀਵਮੈਂਟ ਜਰੂਰ ਹੈ ਕਹਿ ਸਕਦੇ ਜਿਹੜੀ ਜਿੱਤ ਆਮ ਆਦਮੀ ਪਾਰਟੀ ਦੇ ਲਈ ਤੇ ਇਹਦਾ ਹੁਣ ਕਿਸ ਤਰੀਕੇ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਸਿਆਸਤ ਤੇ ਪ੍ਰਭਾਵ ਪੈਂਦਾ ਇਹ ਜਰੂਰ ਦੇਖਣ ਵਾਲੀ ਗੱਲ ਹੋਊਗੀ ਚੰਡੀਗੜ੍ਹ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਵਭਾਉ ਸਿੰਘ ਸਿੱਧੂ ਬਾਬੂ ਸ਼ਹੀ ਟਾਈਮਸ